ਵੈਲਕਮ ਬੈਕ ਟੂ ਆਵਰ ਚੈਨਲ ਬਾਡੀ ਬਿਲਡਿੰਗ ਸਿੱਧੀ ਬਾਤ। ਅਤੇ ਜਿਵੇਂ ਕਿ ਮੈਂ ਪਹਿਲੇ ਕਿਹਾ ਸੀ, ਇੱਕ ਫਿਰ ਛੋਟੀ ਜਿਹੀ ਸ਼ਾਰਟ ਵੀਡੀਓ ਅਬਾਊਟ ਸਪਲੀਮੈਂਟ। ਪਿਛਲੀ ਵੀਡੀਓ 'ਚ ਮੈਂ ਦੱਸਤਾ ਸੀ ਕਿ ਕੌਣ ਕਿੰਨਾ ਲੋਕਾਂ ਸੇ ਜਿਹੜਾ ਬਣਾਇਆ ਗਿਆ ਸੀ ਸਪਲੀਮੈਂਟ, ਅਤੇ ਅਸੀਂ ਜਾਣ ਬੁੱਝ ਕੇ ਇਹਨੂੰ ਯੂਜ਼ ਕਰਨਾ ਸ਼ੁਰੂ ਕਰਤਾ ਬਾਡੀ ਬਿਲਡਰਾਂ ਨੇ। ਅਤੇ ਮੈਂ ਬਿਲਕੁਲ ਇਹਦੇ ਖਿਲਾਫ਼ ਨਹੀਂ ਹੈਗਾ ਸਪਲੀਮੈਂਟ ਦੇ। ਸਪਲੀਮੈਂਟ ਯੂਜ਼ ਕਰੋ, ਲਾਜ਼ਮ ਕਰੋ, ਪਰ ਜਿਹੜਾ ਨਾ ਆਪਣੀਆਂ ਟ੍ਰੇਨਿੰਗਾਂ ਡਿਜ਼ਾਇਨ ਕਰਨੀਆਂ ਸ਼ੁਰੂ ਕਰੋ। ਮੇਨ ਮਕਸਦ ਇਹੀ ਹੈਗਾ, ਬੇਸਿਕ ਜਿਹੜੀ ਮੈਨੂੰ ਚੀਜ਼ ਨਜ਼ਰ ਆਉਂਦੀ ਨਾ ਉਹ ਇਹ ਹੈਗੀ ਹੈ ਕਿ ਸਾਡੇ ਪਾਕਿਸਤਾਨ ਇੰਡੀਆ ਦੇ ਵਿੱਚ ਜਾਂ ਜਿਹੜੇ ਬੱਚੇ ਨੇ ਜਾਂ ਜਿਹੜੇ ਟ੍ਰੇਨਿੰਗ ਕਰ ਰਹੇ ਨੇ ਪ੍ਰੋਫੈਸ਼ਨਲ ਨੇ, ਉਹ ਇਨਪੁੱਟ ਤਾਂ ਬਹੁਤ ਪਾ ਰਹੇ ਨੇ, ਆਊਟਪੁੱਟ ਨਹੀਂ ਆ ਰਿਹਾ। ਦਿਨ ਰਾਤ ਮਿਹਨਤ ਕਰ ਰਹੇ ਨੇ, ਸਪਲੀਮੈਂਟ ਵੀ 6-6 7-7 8-8 ਰੱਖੇ ਨੇ, ਠੀਕ ਹੈ। ਪ੍ਰੀ ਵਰਕਆਊਟ, ਪੋਸਟ ਵਰਕਆਊਟ, ਬਿਫੋਰ ਐਂਡ ਆਫਟਰ ਵੀਕਅਪ, ਸੌਣ ਤੋਂ ਪਹਿਲੇ, ਬਾਅਦ ਚੋ, ਹਰ ਕਿਸਮ ਦਾ ਉਹਨਾਂ ਨੇ ਪੂਰਾ ਇੱਕ ਸੈੱਟ ਬਣਾ ਕੇ ਰੱਖਿਆ ਕਾਰ ਦੇ ਵਿੱਚ। ਅਤੇ ਕਹਿਣ ਦਾ ਮਕਸਦ ਇਹੀ ਹੈਗਾ ਕਿ ਜਦੋਂ ਤੁਸੀਂ ਇੰਨਾ ਹਾਰਡ ਵਰਕਆਊਟ ਕਰਦੇ ਹੈਗੇ ਹੋ, ਫਿਰ ਰੂਟੀਨ ਦਾ ਕੰਮ ਵੀ ਕਰਦੇ ਹੈਗੇ ਹੋ, ਇਹ ਮੈਂ ਬੋਲ ਰਿਹਾ ਵਾਂ, ਬੋਲਣ ਨਾਲ ਵੀ ਐਨਰਜੀ ਵੇਸਟ ਹੁੰਦੀ ਹੈਗੀ, ਅਤੇ ਇਹਨੂੰ ਰਿਕਵਰੀ ਚਾਹੀਦੀ ਹੈ। ਰਿਕਵਰੀ ਵਾਸਤੇ ਟਾਈਮ ਜਿਹੜਾ ਨਾ ਚਾਹੀਦਾ ਤੁਹਾਨੂੰ, ਸੋ ਕੇ ਬੈਠ ਕੇ ਆਰਾਮ ਨਾਲ, ਅਤੇ 8 ਘੰਟਿਆਂ ਬਾਅਦ ਜਿਹੜਾ ਜਾਂ 9 ਘੰਟਿਆਂ ਬਾਅਦ। ਬਾਜ਼ ਬੰਦੇ ਕਹਿੰਦੇ ਹੈਗੇ ਨੇ ਕਿ ਪ੍ਰੋਫੈਸ਼ਨਲ ਜਿਨ੍ਹਾਂ ਦੇ ਮੂੰਹ ਮੈਂ ਸੁਣਿਆ ਗਿਆ, ਕਹਿੰਦੇ ਨੇ ਕਿ 8 ਘੰਟੇ ਬਾਅਦ ਤੁਸੀਂ ਦੁਬਾਰਾ ਮਸਲ ਟ੍ਰੇਨਿੰਗ ਕਰ ਸਕਦੇ ਹੋ। ਕਿ ਮੈਂ ਨਹੀਂ ਮੰਨਦਾ ਕਿ 8 ਘੰਟਿਆਂ ਬਾਅਦ ਜਿਹੜਾ ਨਾ ਤੁਸੀਂ ਦੁਬਾਰਾ ਰਿਕਵਰ ਹੋ ਜਾਂਦੇ ਹੋ। ਕਮ ਅਜ਼ ਕਮ ਤਕਰੀਬਨ ਇਹ ਹੁਣ ਤੁਹਾਨੂੰ ਪੂਰਾ ਕੈਲਕੂਲੇਟ ਕਰਨਾ ਪੈਦਾ ਤੁਹਾਨੂੰ, ਤੁਸੀਂ ਕਿੰਨੀ ਮਿਹਨਤ ਕਰਕੇ ਆਏ ਹੋ, ਤੁਹਾਨੂੰ ਕਿੰਨਾ ਰੈਸਟ ਚਾਹੀਦਾ। ਇਨਸਾਨ ਸਭ ਤੋਂ ਵੱਡਾ ਜਿਹੜਾ ਨਾ ਆਪਣਾ ਡਾਕਟਰ ਆਪ ਹੁੰਦਾ। ਲਾਈਕ ਰਿਕਵਰੀ ਦੇ ਵਿੱਚ ਟਾਈਮ ਲੱਗਦਾ ਮੇਰੇ ਖਿਆਲ ਨਾਲ 24 ਘੰਟੇ। 24 ਘੰਟਿਆਂ ਤੋਂ ਬਾਅਦ ਵੀ ਤੁਸੀਂ ਥੋੜ੍ਹਾ ਰੈਸਟ ਕਰ ਸਕਦੇ ਹੋ, ਅਗਲੇ ਦਿਨ ਜਾ ਸਕਦੇ ਹੋ। ਪ੍ਰੋਫੈਸ਼ਨਲ ਜਿੰਨੇ ਵੀ ਨੇ ਇੱਥੇ ਹੈਗੇ ਨਾ, ਉਹ ਇੱਕ ਦਿਨ ਜਿਹੜੇ ਨਾਲ ਟ੍ਰੇਨਿੰਗ ਕਰਦੇ ਨੇ, ਇੱਕ ਦਿਨ ਰੈਸਟ ਕਰਦੇ ਨੇ, ਜਾਂ ਦੂਜੇ ਦਿਨ ਅਗਰ ਆ ਵੀ ਰਹੇ ਨੇ 24 ਘੰਟਿਆਂ ਬਾਅਦ, ਤਾਂ ਉਹਨਾਂ ਨੇ ਬਿਲਕੁਲ ਛੋਟਾ ਮਸਲ ਟ੍ਰੇਨ ਕਰਨਾ, ਉਹ ਵੀ ਉਹਦੇ ਓਪੋਜ਼ਿਟ ਹੋਏਗਾ, ਯਾਨੀ ਕਿ ਜਿਹਦੇ 'ਚ ਉਹਦੀ ਮੂਵਮੈਂਟ ਇਨਵੋਲਵ ਨਹੀਂ ਹੋਏਗੀ। ਸਪਲੀਮੈਂਟ ਜਿਹੜੇ ਨੇ ਬਹੁਤ ਜ਼ਰੂਰੀ ਨੇ, ਮੈਂ ਦੁਬਾਰਾ ਫਿਰ ਕਹਿ ਰਿਹਾ ਹੈਗਾ ਵਾਂ, ਅਤੇ ਸਪੈਸ਼ਲੀ 18 ਤੋਂ ਲੈ ਕੇ 26-27 ਤੀਕਰ ਜਿਹੜੇ ਬੱਚੇ ਨੇ ਨਾ, ਇੱਕ ਲੈ ਲੈਣ। ਮੈਂ ਆਪਣੀ ਗੱਲ ਕਰਨਾ, ਮੈਂ ਤੁਹਾਨੂੰ ਆਪਣਾ ਦੱਸਣਾ ਐਕਸਪੀਰੀਅੰਸ, ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਸੀ ਹੁੰਦੇ ਹੈਗੇ ਓਨੈਸਟਲੀ, ਅਤੇ ਮੇਰੇ ਕੋਲ ਇੱਕ ਡੱਬਾ ਮੈਂ ਖਰੀਦ ਲੈਂਦਾ ਹੁੰਦਾ ਸਾਂ, ਕਦੀ ਬੀ ਸੀ ਏ ਲੈ ਲੈਂਦਾ ਸਾਂ, ਕਦੀ ਅਮਾਈਨੋ ਲੈ ਲੈਂਦਾ ਸਾਂ, ਅਤੇ ਉਹਦੇ 'ਚ ਮੈਂ ਗੈਪ ਰੱਖਣਾ ਸਾਂ। ਹਰ 3 ਮਹੀਨਿਆਂ ਬਾਅਦ ਮੈਂ ਯੂਜ਼ ਕਰਨਾ ਸਾਂ ਇੱਕ ਡੱਬਾ, ਥੋੜ੍ਹਾ 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 ਕਰਕੇ, ਠੀਕ ਹੈ। ਅਗਲੇ 3 ਮਹੀਨੇ ਬ੍ਰੇਕ, ਉਸ ਤੋਂ ਬਾਅਦ ਮੈਂ ਹੋਰ ਚੀਜ਼ ਲੈਂਦਾ ਸਾਂ। ਲਾਈਕ ਬੀ ਸੀ ਏ ਲਿੱਤਾ ਅਤੇ ਅਗਲੀ ਵਾਰੀ ਅਮਾਈਨੋ ਐਸਿਡ ਲੈ ਲਿੱਤਾ, ਅਮਾਈਨੋ ਐਸਿਡ ਲਿੱਤਾ ਅਤੇ ਅਗਲੀ ਵਾਰੀ ਕਰੀਟੇਨ ਲੈ ਲਿੱਤਾ, ਅਤੇ 3-3 ਮਹੀਨੇ ਦੇ ਗੈਪ ਦੇ ਵਿੱਚ ਜਿਹੜਾ ਨਾ ਰਿਜ਼ਲਟ ਵੀ ਮਿਲਦਾ ਹੈਗਾ। ਇੰਨਾ ਜਿਹੜਾ ਨਾ ਡਾਇਜੈਸਟ ਵੀ ਨਹੀਂ ਹੁੰਦਾ ਹੈਗਾ, ਇਨਸਾਨੀ ਜਿਸਮ ਨੂੰ ਥੋੜ੍ਹਾ ਜਿਹਾ ਚਾਹੀਦਾ ਹੁੰਦਾ, ਬਾਕੀ ਉਹ ਜ਼ਾਇਆ ਕਰ ਦਿੰਦਾ ਹੈਗਾ ਵੇ। ਜਿਹਦੇ 'ਚ ਕਿ ਜਿਵੇਂ ਮੈਂ ਇੱਕ ਪਹਿਲੇ ਵੀ ਇੱਕ ਵੀਡੀਓ ਬਣਾ ਚੁੱਕਿਆ ਵਾਂ, ਉਹਦੇ ਵਿੱਚ ਵੀ ਇਹੀ ਦੱਸਿਆ ਸੀ 18-19 ਦੇ ਗ੍ਰਾਮ ਚਾਹੀਦੇ ਹੁੰਦੇ ਪ੍ਰੋਟੀਨ, ਬਾਕੀ ਉਹ ਜ਼ਾਇਆ ਹੋ ਜਾਂਦੀ ਤੁਹਾਡੀ। ਅਤੇ ਜਿੰਨਾ ਵੀ ਹੋ ਸਕਦਾ ਤੁਸੀਂ ਆਪਣੀ ਟ੍ਰੇਨਿੰਗ 'ਤੇ ਫੋਕਸ ਕਰੋ, ਸਪਲੀਮੈਂਟ ਲਾਜ਼ਮ ਲਵੋ, ਪਰ ਲਿਮਿਟ ਦੇ ਵਿੱਚ ਰਵੋ। ਉਹਦੇ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਗੁਰਦਿਆਂ ਦਾ, ਉਰਾ ਪਰਾਂਤ, ਦੇਖੋ ਡਾਇਜੈਸਟ ਵੀ ਹੋਣਾ ਹੈਗਾ। ਅਤੇ ਮੇਰਾ ਮਕਸਦ ਇਹ ਨਹੀਂ ਹੁੰਦਾ ਕਿ ਤੁਹਾਨੂੰ ਡਰਾਵਾਂ ਹਰ ਚੀਜ਼ ਨੂੰ, ਹਰ ਚੀਜ਼ ਕਰੋ, ਲਿਮਿਟ 'ਚ ਰਹਿ ਕੇ ਕਰੋ, ਅਤੇ ਪਰ ਸਟੇ ਕਰੋ ਉਹਦੇ ਵਿੱਚ, ਉਹਦੇ 'ਚ ਗੈਬ ਲਵੋ, ਲਾਜ਼ਮ ਰਵੋ। 3 ਮਹੀਨਿਆਂ ਦਾ ਮਿਨੀਮਮ ਜਿਹੜਾ ਨਾ ਲਾਜ਼ਮ ਸਟੇ ਰੱਖੋ ਉਹਦੇ ਵਿੱਚ, ਫਿਰ ਉਸ ਬਾਅਦ ਇੱਕ ਥੋੜ੍ਹਾ ਥੋੜ੍ਹਾ। ਅੱਛਾ, ਹੁਣ ਅਸੀਂ ਗੱਲ ਕਰਨੇ ਹਾਂ +40 ਤੋਂ ਬਾਅਦ ਜਿੰਨੇ ਵੀ ਲੋਕ ਜਿਹੜੇ ਹੈਗੇ ਨੇ ਨਾ, 35 ਤੋਂ 40 ਦੇ ਦਰਮਿਆਨ, ਉਹ ਲਾਜ਼ਮ ਵਿਟਾਮਿਨਸ ਲੈਣ, ਸਪਲੀਮੈਂਟ ਲੈਣ। ਇਹ ਉਹਨਾਂ ਲੋਕਾਂ ਸੇ ਬਣੇ ਗਏ ਨੇ ਕਿ ਜਿਨ੍ਹਾਂ ਦੀ 30 ਤੋਂ ਬਾਅਦ ਜਿਹੜੀ ਗਰੋਥ ਰੁਕ ਜਾਂਦੀ ਹੈ, ਬਾਜ਼ ਲੋਕਾਂ ਦੀ ਹੁੰਦੀ ਰਹਿੰਦੀ ਹੈ ਹਲਕੀ ਹਲਕੀ,
ਯਾਨੀ 10% 20% 25% ਹੁੰਦੀ ਰਹਿੰਦੀ ਹੈਗੀ ਹੈ। ਅਤੇ ਇਹ 30-40 ਤੋਂ ਬਾਅਦ ਦੇ ਲੋਕ ਜਿਹੜੇ ਨਾ ਸਪਲੀਮੈਂਟ ਯੂਜ਼ ਕਰਨ ਕਿ ਜਿਸਮ ਦੇ ਵਿੱਚ ਨੈਚੁਰਲ ਨਹੀਂ ਬਣ ਰਹੀ ਇੱਕ ਚੀਜ਼ ਹੈਗੀ ਅਤੇ ਉਹ ਹੈਲਪ ਕਰ ਸਕਦੇ ਨੇ। ਇਸੇ ਤਰ੍ਹਾਂ ਹੀ ਔਰਤਾਂ ਨੇ ਉਹ ਵੀ ਯੂਜ਼ ਕਰ ਸਕਦੀਆਂ। 40 ਤੋਂ ਬਾਅਦ ਤੁਸੀਂ ਬਿਨਾਂ ਤੜਕ ਤੁਸੀਂ ਯੂਜ਼ ਕਰ ਸਕਦੇ ਹੋ। 18 ਤੋਂ ਲੈ ਕੇ 27 ਤੱਕ ਤੁਸੀਂ ਆਪਣੇ ਹਾਰਮੋਨ ਵਾਸਤੇ ਖੇਲੋ, ਆਪਣੇ ਆਪ 'ਤੇ ਤੁਸੀਂ ਇੱਕ ਤੁਸੀਂ ਆਪ ਇੱਕ ਬਰੂਦ ਹੈਗੀ ਹੋ ਆਪਣੇ ਆਪ ਦੇ ਵਿੱਚ, ਤੁਹਾਡੇ ਵਿੱਚ ਹਰ ਚੀਜ਼ ਬਣਦੀ ਹੈਗੀ ਹੈ। ਯੂਜ਼ ਕਰੋ, ਫਿਰ ਦੁਬਾਰਾ ਕਹਿ ਰਹੇ ਯੂਜ਼ ਕਰੋ, ਪਰ ਲਿਮਿਟ ਦੇ ਵਿੱਚ ਯੂਜ਼ ਕਰੋ। ਆਪਣੀਆਂ ਟ੍ਰੇਨਿੰਗਾਂ ਕਰੋ, ਡਿਜ਼ਾਇਨ ਕਰੋ, ਕਾਪੀ ਪੈਸਨਲ 'ਤੇ ਲਿਖਣੀ ਸ਼ੁਰੂ ਕਰੋ। ਨੈਕਸਟ ਵੀਕ ਜਿਹੜਾ ਉਹਨੂੰ ਨਾ ਤੁਹਾਨੂੰ ਕਰਨੀ ਪਵੇ, ਚੇਂਜ ਕਰਦੇ ਰਹੋ, ਫਿਰ ਰਿਜ਼ਲਟ ਆਏਗਾ। ਅਤੇ ਟ੍ਰੇਨਿੰਗ ਸ਼ੋਰਟ ਕਰੋ, ਆਪਣੀ ਬੇਸਿਕ ਕਰੋ, ਆਪਣੀਆਂ ਤਸਵੀਰਾਂ ਲਾ ਕੇ ਰੱਖੋ। ਤਸਵੀਰਾਂ ਲਾ ਕੇ ਜਦੋਂ ਰੱਖੋਦੇ ਹੋ, ਵੇਖੋ ਕਿਹੜਾ ਕਿਹੜਾ ਪੋਰਸ਼ਨ ਵੀਕ ਹੈ ਤੁਹਾਡਾ, ਉੱਥੇ ਕਿਵੇਂ ਵਰਕ ਕਰਨਾ। ਟ੍ਰੇਨਰ ਕੋਲ ਦੀਆਂ ਟ੍ਰੇਨਰ ਹਾਇਰ ਕਰੋ। ਟ੍ਰੇਨਰ ਹਾਇਰ ਜਦੋਂ ਕਰੋਦੇ ਤਾਂ ਉਹਨੂੰ ਪੁੱਛੋ, ਯਾਰ ਮੇਰਾ ਇਹ ਚੀਜ਼ ਵੀਕ ਹੈ ਅਤੇ ਮੈਨੂੰ ਸਿਰਫ ਇਹਦੀਆਂ ਟ੍ਰੇਨਿੰਗਾਂ ਜਿਹੜੀਆਂ ਨਾ ਮੈਨੂੰ ਦੱਸੋ, ਅਤੇ ਉਹਦੇ ਨਾਲ ਜਿਹੜਾ ਸਪਲੀਮੈਂਟ ਫਿਰ ਤੁਹਾਨੂੰ ਅਸਰ ਕਰਨਾ ਸ਼ੁਰੂ ਹੋਏਗਾ। ਮੋਸਟਲੀ ਮੈਨੂੰ ਜ਼ਿਆਦਾਤਰ ਗੁੱਸਾ ਚੜ੍ਹਦਾ ਹੈਗਾ ਉਹਨਾਂ ਉਹਨਾਂ ਲੋਕਾਂ 'ਤੇ ਕਿ ਹਾਂ ਅੱਛਾ, ਮੈਂ ਜਦੋਂ ਪੁੱਛਣਾ ਸਾਨੂੰ ਸਪਲੀਮੈਂਟ ਦੱਸ, ਮੈਂ ਕਿ ਯਾਰ ਇਹ ਲੈ ਲਓ, ਜਿਮ ਜਾ ਰਹੇ ਹੋ? ਨਹੀਂ ਅਭੀ ਮੈਨੇ ਜਾਣਾ ਹੈ। ਕਬ ਜਾਣਾ? ਸੋਚ ਰਹਾ ਹੂੰ ਨੈਕਸਟ ਵੀਕ ਜੋ ਹੈ ਨਾ ਮੈਂ ਐਡਮਿਸ਼ਨ ਲੈ ਲੂੰ, ਜਾਂ ਨੈਕਸਟ ਮੰਥ ਮੈਨੇ ਐਡਮਿਸ਼ਨ ਲੈਣਾ, ਤਾਂ ਮੈਂ ਸੋਚ ਰਹਾ ਹੂੰ ਪਹਿਲੇ ਨਾ ਇਹ ਸਾਰਾ ਕੁਛ ਲੈ ਕੇ ਰੱਖ ਲਓ। ਠੀਕ ਹੈ, ਲੈ ਕੇ ਰੱਖ ਲਓ। ਬਾਸ ਟਾਈਮ ਬਜਟ ਹੁੰਦਾ ਤੁਹਾਡੇ ਕੋਲ, ਬਾਸ ਟਾਈਮ ਨਹੀਂ ਹੁੰਦਾ, ਲੈ ਕੇ ਰੱਖ ਲਓ। ਤਕਰੀਬਨ 30-40 ਦਿਨਾਂ ਬਾਅਦ ਜਿਹੜਾ ਨਾ ਯੂਜ਼ ਕਰਨਾ ਸ਼ੁਰੂ ਕਰੋ, ਅਤੇ ਇਹਨਾਂ ਚੀਜ਼ਾਂ ਤੋਂ ਨਿਕਲੋ। ਅਤੇ ਬੜੀ ਅੱਛਾ, ਮੈਂ ਥੋੜ੍ਹਾ ਜਿਹਾ ਬੋਲਣ ਲੱਗਾ ਅਤੇ ਇੱਕ ਯੂਟਿਊਬਰ ਨੇ ਬੜਾ ਕਾਪੀ ਕਰਕੇ ਨਾ, ਅਤੇ ਬਿਗਨਰ ਆ ਸੇ ਉਹਨੇ ਲਾਜ਼ਮੀ ਹੋਮ ਫੂਡ ਦਾ ਨਾ ਪਾ ਤਾ ਗਿਆ ਘਰਾਂ ਦੇ ਅੰਦਰ, ਜਿਹੜੇ ਬਿਗਨਰ ਹੈਗੇ ਨੇ ਉਹ ਜਿਹੜਾ ਨਾ ਉਹਨਾਂ ਦਾ ਸਪਲੀਮੈਂਟ ਜਿਹੜਾ ਉਹ ਘਰ ਦਾ ਖਾਣਾ ਹੈਗਾ, ਅਤੇ ਬੜਾ ਅੱਛਾ ਲੱਗਿਆ। ਮੇਰੀ ਕੋਸ਼ਿਸ਼ ਵੀ ਇਹੀ ਹੈਗੀ ਹੈ ਕਿ ਇਹਨਾਂ ਚੀਜ਼ਾਂ ਕੋਲ ਤੁਹਾਨੂੰ ਜਿਹੜੇ ਨਾ ਤੁਹਾਡੀ ਬੱਚਤ ਹੋਵੇ, ਤੁਹਾਡੇ ਪੈਸਿਆਂ ਦੀ ਬੱਚਤ ਹੋਵੇ, ਤੁਹਾਡੇ ਟਾਈਮ ਦੀ ਵੀ ਬੱਚਤ ਹੋਵੇ, ਅਤੇ ਤੁਹਾਡੇ ਆਪਣੇ ਆਪ 'ਤੇ ਤੁਸੀਂ ਰਹਿਮ ਵੀ ਖਾਓ। ਤੁਹਾਡੇ ਅੰਦਰ ਜਿਹੜੇ ਪੁਰਜ਼ੇ ਲੱਗੇ ਨੇ ਉਹਨਾਂ ਨੂੰ ਥੋੜ੍ਹਾ ਰੈਸਟ ਚਾਹੀਦਾ ਹੁੰਦਾ। ਅਤੇ ਹੋਪ ਕਰਨਾ ਕਿ ਸ਼ਾਇਦ ਸਮਝ ਆ ਗਈ ਹੋਵੇ। ਹੁਣ ਹਰ ਚੀਜ਼ ਯੂਜ਼ ਕਰੋ, ਲਿਮਿਟ 'ਚ ਰਹਿ ਕੇ ਯੂਜ਼ ਕਰੋ, ਥੋੜ੍ਹੀ ਥੋੜ੍ਹੀ ਯੂਜ਼ ਕਰੋ। 35 ਤੋਂ ਜਿਹੜੇ 30+ ਹੋ ਗਏ ਨੇ, 35+ ਹੋ ਗਏ ਨੇ, ਉਹ ਲਾਜ਼ਮ ਵਿਟਾਮਿਨ ਸਪਲੀਮੈਂਟ ਜਿਹੜੇ ਨਾ ਯੂਜ਼ ਕਰਨ, ਉਹਨਾਂ ਵਾਸਤੇ ਜ਼ਰੂਰੀ ਹੈ। ਬੇਸਿਕ ਚੀਜ਼ ਇਹ ਉਹਨਾਂ ਵਾਸਤੇ ਬਣਾਈ ਗਈ ਸੀ। ਅਤੇ ਜਿਹੜੇ ਬੱਚੇ ਆਪਣੇ ਟੀਨੇਜਰ ਬਣਾ ਰਹੇ ਨੇ, ਤੁਹਾਡੇ ਜਿਸਮ ਦੇ ਵਿੱਚ ਫੈਟ ਹੈਗੀ ਹੈ, ਅਤੇ ਉਹਨੂੰ ਜਿਹੜਾ ਨਾ ਇਸਤੇਮਾਲ ਕਰਨ ਦਾ ਤਰੀਕਾ ਸਿੱਖੋ, ਉਹ ਤੁਹਾਡੀ ਸੇਵਿੰਗ ਹੈਗੀ ਹੈ। ਮੇਰੀ ਬਾਜ਼ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਵੇਖਦੇ ਹੋ ਉਹਦੇ ਕਿ ਪੇਟ ਨਜ਼ਰ ਆ ਰਿਹਾ, ਸਪੈਸ਼ਲੀ ਟ੍ਰਾਈਸਬ ਮੈਂ ਕਰੋਸ ਕੇਬਲ 'ਤੇ ਲਾ ਰਿਹਾ, ਉਹਦੇ 'ਚ ਵੇਖੋ ਮੇਰਾ ਪੇਟ ਅੱਧਾ ਨਜ਼ਰ ਆ ਰਿਹਾ। ਇਹ ਸੇਵਿੰਗ ਹੈਗੀ ਹੈ, ਇਹਨੂੰ ਜ਼ਾਇਆ ਨਾ ਕਰੋ, ਠੀਕ ਹੈ। ਇਹਨੂੰ ਇਹ ਨੈਚੁਰਲ ਸਪਲੀਮੈਂਟ ਤੁਹਾਡੇ ਅੰਦਰ ਹੈ ਜਿਹੜਾ ਸੇਫ ਹੈਗਾ, ਆਹਿਸਤਾ ਆਹਿਸਤਾ ਤੁਹਾਨੂੰ ਜਿਹੜਾ ਨਾ ਹੈਲਪ ਕਰਦਾ ਹੈਗਾ ਵੇ। ਤੁਹਾਡੇ ਮਸਲ ਬਿਲਡ ਕਰਦੇ, ਸੁੱਤੇ ਹੋ ਤੁਹਾਨੂੰ ਪ੍ਰੋਟੀਨ ਮਿਲ ਰਹੀ ਆਟੋਮੈਟਿਕਲੀ, ਜਿਸਮ ਜਿਹੜਾ ਨਾ ਜਿਵੇਂ ਊਂਟ ਪਾਣੀ ਸਟੋਰ ਕਰ ਲੈਂਦਾ, ਜੋ 15 ਦਿਨ ਭੁੱਖਾ ਰੱਖਦਾ, ਇਨਸਾਨ ਵੀ ਇਸੇ ਤਰ੍ਹਾਂ ਜਿਹੜਾ ਉਹ ਸਟੋਰ ਕਰ ਲੈਂਦਾ, ਫੂਡ ਸਟੋਰ ਕਰ ਲੈਂਦਾ ਖਾਣਾ। ਅਤੇ ਜਦੋਂ ਤੁਸੀਂ ਜ਼ਿਆਦਾ ਸੋ ਲੈਂਦੇ ਹੋ ਜਾਂ ਜ਼ਿਆਦਾ ਕੰਮ 'ਤੇ ਚਲੇ ਗਏ ਹੋ, ਜ਼ਿਆਦਾ ਆਵਰਸ ਨੇ ਤੁਹਾਡੇ ਕੰਮ ਦੇ ਰੂਟੀਨ ਦੀ ਜ਼ਿਆਦਾ ਹੈਗੇ ਨੇ, ਅਤੇ ਉਹਦੇ 'ਚ ਜਿਹੜਾ ਨਾ ਤੁਹਾਨੂੰ ਐਨਰਜੀ ਮਿਲਦੀ ਰਹਿੰਦੀ ਹੈਗੀ ਹੈ। ਅਤੇ ਇਹਨੂੰ ਸਪਲੀਮੈਂਟ 'ਤੇ ਜਿਹੜਾ ਨਾ ਸਪਲੀਮੈਂਟ ਜਿਹੜਾ ਖਾ ਕੇ ਜਾਂ ਫੈਟ ਬਰਨਰ ਖਾ ਕੇ ਇਹਨੂੰ ਇਹਨਾਂ ਚੀਜ਼ਾਂ ਨੂੰ ਜ਼ਾਇਆ ਨਾ ਕਰੋ। ਇਹ ਨੈਚੁਰਲ ਸਪਲੀਮੈਂਟ ਅੱਲਾਹ ਨੇ ਤੁਹਾਡੇ ਅੰਦਰ ਰੱਖਿਆ ਹੈ। ਜਿਹੜਾ ਫੈਟ ਸਟੂਟ ਪੱਲੇ ਆ ਜਾਂਦੇ ਨੇ ਸਾਈਡ 'ਤੇ, ਲੋਅਰ ਬੈਲੀ ਆ ਜਾਂਦੀ ਹੈ ਜਾਂ ਫੈਟ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ, ਅਤੇ ਲਾਜ਼ਮ ਜਦੋਂ ਵੀ ਸਪਲੀਮੈਂਟ ਲੈਣ ਲੱਗੋ ਅਤੇ ਲਾਜ਼ਮ ਜਿਹੜਾ ਨਾ ਧਿਆਨ ਨਾਲ ਸੁਣੋ। ਮੈਂ ਇੱਕ ਹੋਰ ਚੀਜ਼ ਦੱਸ ਦਿੰਦੀ ਹਾਂ, ਜਿਹੜੇ ਜਿਨ੍ਹਾਂ ਨੇ ਦੁਕਾਨਾਂ ਬਣਾਈਆਂ ਨਿਊਟ੍ਰੀਸ਼ਨ ਦੀਆਂ ਉਹ ਪਾਕਿਸਤਾਨ ਦੇ ਅੰਦਰ, ਉਹ ਬੇਸਿਕਲੀ ਉਹ ਜ਼ਿਆਦਾ ਜਿਹੜੇ ਨਾ ਅਕਲਮੰਦ ਹੈਗੇ ਨੇ ਬਨਿਸਬਤ ਤੁਹਾਡੇ ਟ੍ਰੇਨਰਾਂ ਤੋਂ। ਉਹ ਕਿਸ ਤਰ੍ਹਾਂ? ਕਿਉਂਕਿ ਉਹਨੂੰ ਕਮ ਅਜ਼ ਕਮ ਪਤਾ ਹੁੰਦਾ ਕਿ ਯਾਰ ਇਹ ਅਗਰ ਇਹ ਚੀਜ਼ ਹੈ ਨਾ ਤਾਂ ਇਹਦੇ ਵਿੱਚ ਕੀ ਪਿਆ ਹੈਗਾ, ਮੈਂ ਇਹਦਾ ਤੁਹਾਨੂੰ ਕੀ ਫਾਇਦਾ ਹੈਗਾ। ਅਤੇ ਉਹਨਾਂ ਨਾਲ ਵੀ ਮਸ਼ਵਰਾ ਕਰੋ, ਮੇਰੇ ਹਿਸਾਬ ਨਾਲ ਉਹ ਜ਼ਿਆਦਾ ਬੈਸਟ ਤੁਹਾਨੂੰ ਜਿਹੜਾ ਮਸ਼ਵਰਾ ਦੇਣ ਦੇ ਕਿ ਤੁਸੀਂ ਇਹ ਯੂਜ਼ ਕਰੋ। ਟ੍ਰੇਨਰ ਨਾਲ ਵੀ ਮਸ਼ਵਰਾ ਕਰੋ, ਟ੍ਰੇਨਰ ਨਾਲ ਤੁਸੀਂ ਅਗਰ ਮਸ਼ਵਰਾ ਕਰਨਾ ਸ਼ੁਰੂ ਕਰੋ ਉਹਦੇ
ਤੇ ਇੱਕ ਲਾਈਵ ਦੇ ਵਿੱਚ ਤੁਸੀਂ ਸੁਣਿਆ ਹੋਇਆ ਕਿ ਇਸ਼ਫਾਕ ਬਾਈ ਨੇ ਬੋਲਿਆ ਸੀ ਕਿ ਅਗਰ ਤੁਸੀਂ ਕੁਐਸਚਨ ਕਰਨੇ ਸ਼ੁਰੂ ਕਰ ਦਿਉਂਦੇ ਨਾ ਤਾਂ ਤੁਹਾਨੂੰ ਡਿਫਰੈਂਸ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਕਿ ਅਗਰ ਤੁਸੀਂ ਮੈਨੂੰ BCA ਲਿਖ ਕੇ ਦਿੱਤਾ ਕਿਉਂ ਲਿਖ ਕੇ ਦਿੱਤਾ ਠੀਕ ਹੈ ਅਤੇ ਉਹ ਡਿਫਰੈਂਸ ਤੁਹਾਨੂੰ ਜਦੋਂ ਸਮਝ ਆਉਣਾ ਸ਼ੁਰੂ ਹੋ ਜਾਏਗਾ ਨਾ ਅਤੇ ਆਸਤਾ ਆਸਤਾ ਕੁਐਸਚਨ ਕਰੋ ਟ੍ਰੇਨਰ ਨੂੰ ਮੈਨੂੰ ਬੜਾ ਮਜ਼ਾ ਆ ਰਿਹਾ ਮੈਂ ਹੁਣ ਸਪੈਸ਼ਲ ਕਾਪੀ ਪੈਨਸਲ ਆਪਣੇ ਪੇਪਰ ਇੱਕ ਮੈਂ ਕੋਰ ਰੱਖਿਆ ਹੁੰਦਾ ਅਤੇ ਜਿਵੇਂ ਜਿਵੇਂ ਪੁੱਛਦੇ ਰਹਿੰਦੇ ਨਾ ਮੈਨੂੰ ਕਿ ਇੰਜ ਇੰਜ ਅੱਛਾ ਤੁਸੀਂ ਇਹ ਦੱਸਿਆ ਸੀ ਇਹ ਦੱਸਿਆ ਸੀ ਇਹਦੇ ਬਾਰੇ ਵੀ ਦੱਸੋ ਅਤੇ ਮੈਂ ਹਾਜ਼ਰ ਹਾਂ ਮੈਂ ਹਰ ਟਾਈਮ ਤੁਹਾਨੂੰ ਦੱਸਣ ਵਾਸਤੇ ਤਿਆਰ ਹਾਂ ਅੱਗੇ ਮੈਨੂੰ ਬੜਾ ਮਜ਼ਾ ਆ ਰਿਹਾ ਤੁਹਾਡੇ ਕੋਲ ਸਿੱਖਣ ਦਾ ਮੈਂ ਤੁਹਾਡੇ ਕੋਲ ਸਿੱਖ ਰਿਹਾ ਨਵੀਂ ਨਵੀਂ ਚੀਜ਼ ਬਾਸ ਚੀਜ਼ਾਂ ਹੈਗੀਆਂ ਵੀਡੀਓ ਬਣਾਵਾਂਗਾ ਉਹਨਾਂ ਦੇ ਬਾਰੇ ਵੀ ਜਿਹੜੀਆਂ ਮੈਨੂੰ ਨਹੀਂ ਸੀ ਪਤਾ ਹੈਗੀਆਂ ਮੁੰਡਿਆਂ ਬੱਚਿਆਂ ਕੋਲ ਜਾਂ ਜਿਹੜੇ ਵੀ ਮੈਨੂੰ ਫੋਲੋ ਕਰ ਰਹੇ ਨੇ ਉਹਨਾਂ ਦੇ ਕੁਐਸਚਨਾਂ ਤੋਂ ਬਾਅਦ ਮੈਨੂੰ ਪਤਾ ਲੱਗਿਆ ਹੈਗਾ ਵੇ ਬਹਰਹਾਲ ਵੀਡੀਓ ਲੰਬੀ ਹੋ ਰਹੀ ਹੈ ਫਿਰ ਮਿਲਾਂਗੇ ਨੈਕਸਟ ਵੀਡੀਓ ਮੈਂ ਦੁਬਾਰਾ ਫਿਰ ਹਾਰਮੋਨਸ ਤੋਂ ਸਿਰਫ ਬਣਾਵਾਂਗਾ ਸ਼ਾਰਟ ਉਹਦੇ ਬੜੇ ਕੁਐਸਚਨ ਵੀ ਆਏ ਨੇ ਜਿਹੜੇ ਮੈਂ ਰਾਈਟ ਡਾਊਨ ਕੀਤੇ ਹੈਗੇ ਨੇ ਮੈਂ ਉਹਨਾਂ 'ਤੇ ਬੋਲਾਂਗਾ ਅਤੇ ਪੁਆਇੰਟ ਮੇਰੇ ਸਮਝੋ ਸਟੇ ਹੈਲਦੀ